ਇਹਦਾ ਪ੍ਰਾਈਸ ਹੈਗਾ ਵਾ 150 ਇਹਦਾ ਹੈਗਾ 200 ਆਹ ਵਾਲਾ ਸਹੀ ਲੱਗੂਗਾ ਨਾ ਸਿੰਪਲ ਜਿਹਾ ਆ ਹੈਗਾ ਨਾਰਮਲ ਟਾਇਰ ਤੇ ਆ ਇੱਧਰ ਦੂਸਰਾ ਸੋ ਫਰਕ ਵੇਖ ਲਓ ਦੋਵਾਂ ਚ ਕਿੰਨਾ ਵਾ ਲਓ ਜੀ ਅੱਜ ਦਾ ਵਲੌਗ ਸਟਾਰਟ ਕਰੂਗਾ ਜੀ ਮੱਠੀ ਚੱਲ ਮੱਠੀ ਹੋਇਆ ਸ਼ੁਰੂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਬਸ ਅੱਗੇ ਨਹੀਂ ਕੋਈ ਆਉਂਦਾ ਅੱਗੇ ਨਹੀਂ ਆਉਂਦਾ ਹਾਂਜੀ ਮਿੱਤਰੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਪ ਕਰਦਾ ਕਿ ਸਾਰੇ ਵਧੀਆ ਹੋਗੇ ਟਾਈਮ ਹੋ ਗਿਆ ਸਵੇਰ ਦੇ 10 ਵੱਜ ਗਏ ਨੇ 10 ਹੀ ਵੱਜੇ ਮੱਠੀ ਵੇਖੀ ਮੱਠੀ ਨੇ ਘੜੀ ਲਾਈ ਤੇ ਚੈੱਕ ਕਰਦੇ ਆ 10:30 ਹੋ ਗਏ ਜੇ ਸਵੇਰ ਦੇ ਯਾਰ ਹੁਣੀ ਆ ਗਏ ਨੇ ਜੀ ਮੋਟਰਸਾਈਕਲ ਲੈ ਕੇ ਬਾਹਰ ਇਧਰ ਮੱਠੀ ਹੁਣੀ ਫਾਈਲਾਂ ਜੀਆਂ ਖੋਲ ਕੇ ਬੈਠੇ ਨੇ ਮੱਠੀ ਇਹ ਕਾਦੀਆਂ ਫਾਈਲਾਂ ਮੱਠੀ ਬਾਹਰ ਚੱਲਾ ਮੱਠੀ ਨੂੰ ਨਾ ਹੋ ਗਿਆ ਵਾ ਅਸਲ ਚ ਨਾ ਇਹਨੂੰ ਹੋ ਗਿਆ ਕੀ ਇਹਨੂੰ ਆਂਦੇ ਆ ਡਿਪਰੈਸ਼ਨ ਤੇ ਮਿੱਤਰੋ ਅੱਜ ਹੈਗੇ ਆਪਾਂ ਨੂੰ ਬਹੁਤ ਸਾਰੇ ਕੰਮ ਬਹੁਤ ਸਾਰੇ ਹੁਣ ਥੋੜੇ ਬੋਤੇ ਵੀ ਕਹਿ ਸਕਦੇ ਆ ਪਹਿਲਾਂ ਮੈਂ ਤੁਹਾਨੂੰ ਮੋਟਰਸਾਈਕਲ ਦੀ ਲੁੱਕ ਚੈੱਕ ਕਰਾਵਾਂ ਸੋ ਆ ਇੱਧਰ ਚੈੱਕ ਕਰਿਓ ਮੱਠੀ ਜੀ ਸਾਈਡ ਤੇ ਮਾੜਾ ਜਿਹਾ ਆ ਇੱਧਰ ਲੁੱਕ ਚੈੱਕ ਕਰ ਲਓ ਸਟicker ਵਗੈਰਾ ਲੱਗੇ ਆ ਕਮੈਂਟ ਕਰਕੇ ਦੱਸਿਓ ਗੱਡੀ ਕਿਵੇਂ ਦੀ ਲੱਗਦੀ ਪਈ ਆ ਤੇ ਬਾਕੀ ਮੈਨੂੰ ਪਤਾ ਵਾ ਇਸ ਵਲੌਗ ਦੇ ਨੀਚੇ ਬਹੁਤ ਸਾਰੇ ਕਮੈਂਟ ਆਉਣੇ ਆ ਕਿ ਭਾਜੀ ਹਾਰਨ ਨਹੀਂ ਲਾਏ ਹਾਰਨ ਨਹੀਂ ਲਾਏ ਸੋ ਮਿੱਤਰੋ ਅੱਜ ਆਈਆਂ ਸਾਰੀਆਂ ਸ਼ਾਪਸ ਬੰਦ ਆਟ ਵਾਲੀਆਂ ਆਪਣੇ ਲਾਗੇ ਚਾਗੇ ਦੀਆਂ ਸੋ ਇਸ ਕਰਕੇ ਅੱਜ ਆਪਾਂ ਹਾਰਨ ਨਹੀਂ ਲਵਾਉਣ ਦੇ ਸੋ ਕੱਲ ਨੂੰ ਆਪਾਂ ਹਾਰਨ ਲਵਾ ਲਾਂਗੇ ਸੋ ਉਹ ਵਾਲਾ ਵਲੌਗ ਵੀ ਜਲਦੀ ਆ ਜਾਊਗਾ ਸੋ ਵੇਟ ਕਰਿਓ ਮੇਰੇ ਭਰਾ ਤੇ ਬਾਕੀ ਸੋਹਣੇ ਸੋਹਣੇ ਕਮੈਂਟ ਕਰਿਓ ਸੋ ਇਹ ਕਮੈਂਟ ਜ਼ਿਆਦਾ ਆਉਣੇ ਇਸ ਕਰਕੇ ਮੈਂ ਤੁਹਾਨੂੰ ਇਹਦਾ ਪਹਿਲਾਂ ਹੀ ਜਵਾਬ ਦੇਤਾ ਸੋ ਅੱਜ ਨਾ ਆਪਾਂ ਨੇ 2-3 ਕੰਮ ਕਰਨੇ ਆ ਪਹਿਲਾ ਕੰਮ ਤੇ ਆ ਯਾਰ ਇਹਦਾ ਨਾ ਹੈਂਡਲ ਬਹੁਤ ਜ਼ਿਆਦਾ ਢਿੱਲਾ ਹੋਇਆ ਵਾ ਸੋ ਇਹਦਾ ਹੈਂਡਲ ਆਪਾਂ ਨੇ ਥੋੜ੍ਹਾ ਜਿਹਾ ਕਸਾ ਕੇ ਲਿਆਉਣਾ ਵਾ ਉਸ ਤੋਂ ਬਾਅਦ ਦੂਜਾ ਕੰਮ ਕੀ ਆ ਅੱਜ ਤੁਹਾਨੂੰ ਆਪਾਂ ਦੱਸਾਂਗੇ ਜੀ ਟਾਇਰ ਕਾਲੇ ਕਰਨ ਦਾ ਰਾਜ਼ ਸੋ ਕਾਫੀ ਭਰਾਵਾਂ ਦੀ ਡਿਮਾਂਡ ਸੀ ਸੋ ਜਿਹੜਾ ਰਾਜਵਾਨਾ ਉਹ ਬਹੁਤ ਹੀ ਖਤਰਨਾਕ ਰਾਜ ਬੜਾ ਖਤਰਨਾਕ ਆ ਬਟ ਐ ਮੈਂ ਨਾ ਟਾਇਰ ਕਾਲੇ ਹੋ ਜੂਗੇ ਤੁਹਾਨੂੰ ਮੈਂ ਫਰਕ ਵੀ ਦਿਖਾ ਦੂੰਗਾ ਪਹਿਲੇ ਟਾਇਰਾਂ 'ਚ ਤੇ ਬਾਅਦ ਵਾਲਿਆਂ 'ਚ ਵੀ ਆ ਹੁਣ ਦੀ ਟਾਇਰਾਂ ਦੀ ਲੁੱਕ ਚੈੱਕ ਕਰ ਲਓ ਤੇ ਬਾਅਦ ਦੀ ਲੁੱਕ ਤੁਹਾਨੂੰ ਮੈਂ ਚੈੱਕ ਕਰਾਉਂਗਾ ਸੋਹਣਾ ਹੀ ਚੱਲੇ ਆ ਉੱਥੇ ਨਾਲੇ ਕੁਛ ਚਾਹ ਚੂ ਪੀ ਕੇ ਆਉਂਦੇ ਆ ਸਵੇਰੇ ਸਵੇਰੇ ਮੋਟਰਸਾਈਕਲ ਸਹੀ ਕਰਾ ਕੇ ਆਉਂਦੇ ਆ ਨਾਲ ਆਪਾਂ ਫੁੱਲੇ ਨੂੰ ਵੀ ਲੈਣ ਤਾ ਵਾ ਫੁੱਲੇ ਕਬੂਤਰ ਉਹਦੇ ਨਾਲ ਵਾਪਸ ਆ ਗਿਆ ਕਿ ਨਹੀਂ ਨਹੀਂ ਆ ਇਹਨੇ ਆਪ ਕਿਦਨ ਭੱਜਣਾ ਤੇ ਬਾਕੀ ਲੁੱਕ ਐਂਡ ਲੱਗਣ ਦੀ ਆ ਯਾਰ ਮੋਟਰਸਾਈਕਲ ਦੀ ਸੋ ਓਵਰਲਾਈਟ ਵੀ ਲਵਾਉਣੀ ਆ ਥੋੜੇ ਦਿਨਾਂ ਤਾਈ ਐਂਡ ਹਾਰਨ ਤੇ ਲਵਾਏ ਦੇਣੇ ਆ ਹਾਰਨ ਘਰੇ ਪਏ ਆ ਸੋ ਹੁਣ ਚੱਲਦੇ ਆ ਚੱਲ ਮੱਠੀ ਫਰ ਗੱਡੀ ਕਰ ਸਟਾਰਟ ਉਹ ਆਪਣੀਆਂ ਰਿਪੋਰਟਾਂ ਉੱਥੇ ਠੰਗਦੀਆਂ ਮੈਂ ਰਾਜੂ ਨੂੰ ਪੱਟਣ ਲੈਣੀ ਆ ਪਹਿਲਾ ਕੰਮ ਆ ਹੈਂਡਲ ਕਸਾ ਕੇ ਲਿਆਉਣਾ ਯਾਰ ਜਦੋਂ ਖੱਡੇ 'ਚ ਵੱਜਦਾ ਓਏ ਜਦੋਂ ਖੱਡੇ 'ਚ ਵੱਜਦਾ ਨਾ ਖੜਕਦਾ ਬਹੁਤ ਜ਼ਿਆਦਾ ਯਾਰ ਸੋ ਹੁਣ ਚੱਲਦੇ ਆ ਫਿਰ ਆ ਕੇ ਤੁਹਾਨੂੰ ਦੱਸਦੇ ਆ ਜੀ ਟਾਇਰ ਕਾਲੇ ਕਰਨ ਦਾ ਰਾਜ਼ ਕੀ ਆ ਜਮਾਂ ਹੀ ਸੌਖਾ ਤੇ ਸਸਤਾ ਤਰੀਕਾ ਵਾ ਪਤਰੋਣੇ ਹੋਣੇ ਮੱਠੀ ਮਰਾ ਦੇਣ ਲੱਗਾ ਸੀ ਯਾਰ ਮਹਾ ਹੀ ਵਜੇ ਆ ਮਾਰੀ ਜੀ ਸਾਈਡ ਰਹਿ ਗਈ ਬਸ ਲੱਗਣ ਵਾਲੀ ਗੱਡੀ ਦੀ ਮੈਂ ਪਟਾਕਾ ਪਵਾ ਦੇਣਾ ਇਹਨੇ ਹੁਣੇ ਇਤਨੀ ਯਾਰ ਤਾਂ ਅੱਗੇ ਦੁਕਾਨਾਂ ਸਾਰੀਆਂ ਬੰਦ ਵਾ ਦੁਕਾਨ ਵੀ ਨਹੀਂ ਕੋਈ ਖੁੱਲੀ ਲੱਭਣ ਦੀ ਲਓ ਜੀ ਇੱਕ ਦੁਕਾਨ ਲੱਭੀ ਜੇ ਖੁੱਲੀ ਉਹ ਮਿੱਤਰੋ ਇੱਥੋਂ ਨਹੀਂ ਗੱਲ ਬਣੀ ਇੱਕੋ ਦੁਕਾਨ ਖੁੱਲੀ ਲੱਭੀ ਉਹ ਵੀਰ ਆਂਦਾ ਮੈਨੂੰ ਟਾਈਮ ਲੱਗ ਜਾਣਾ ਥੋੜ੍ਹਾ ਜਿਹਾ ਇਹ ਸਰਵਿਸ ਕਰਨ ਡੇ ਕਿਸੇ ਦੇ ਮੋਟਰਸਾਈਕਲ ਦੀ ਹੁਣ ਅੱਗੇ ਚੱਲੇ ਹਾਂ ਵੇਚਦੇ ਹਾਂ ਕੁਛ ਲਓ ਜੀ ਬਾਕੀ ਦੁਕਾਨਾਂ ਦੇ ਮਿਲੀਆਂ ਸੀ ਬੰਦ ਸੋ ਆਪਾਂ ਆ ਗਏ ਹਾਂ ਆਟ ਵਾਲੀ ਦੁਕਾਨ 'ਤੇ ਮੈਂ ਸ਼ਟਅਪ ਥੋੜ੍ਹਾ ਜਿਹਾ ਵੱਡਾ ਕਰਕੇ ਲਿਖਾ ਲੈਂਦੇ ਹਾਂ ਉਦਣ ਰਹਿ ਗਿਆ ਸੀ ਸੋ ਫਾਈਨਲੀ ਅੱਜ ਵੀਰ ਦੀ ਮਸ਼ੀਨ ਚੱਲ ਗਈ ਆ ਉਹ ਬਹੁਤਾ ਛੋਟਾ ਜਿਹਾ ਵਾ ਨਾ ਹੁਣ ਵੀਰ ਕੋ ਬੈਕ ਲਾਈਟ ਲਈ ਸਟicker ਲੱਗਿਆ ਵੇਖਣ ਜੇ ਤੇ ਕੋਈ ਹੋਰ ਪਸੰਦ ਆ ਗਿਆ ਠੀਕ ਆ ਨਹੀਂ ਤੇ ਫਿਰ ਆਪਾਂ ਸ਼ਟਅਪ ਹੀ ਵੱਡਾ ਕਰਕੇ ਲਿਖਾ ਦਾਂਗੇ ਮੱਠੀ ਵੀ ਇਹਾਂ ਭਲਾ ਇਹਨਾਂ 'ਚੋਂ ਆਹ ਵਾਲਾ ਸਹੀ ਲੱਗੂਗਾ ਨਾ ਸਿੰਪਲ ਜਿਹਾ ਆਹੋ ਵਧੀਆ ਲੱਗਣਾ ਨਾ ਮੱਠੀ ਹੁਣੀ ਇੱਧਰ ਕੁੜਕੜਿਆਂ ਨੂੰ ਵੱਟ ਦੇਈ ਜਾਂਦੇ ਆ ਕੌਣ ਜੈਮ ਪਾਪਾ ਖਾਣ ਡਿਆ ਉੱਤੇ ਇਹ ਬੜੇ ਖਾਂਦੇ ਕਰੰਚੀ ਕੌਣ ਬੜੇ ਖਾਂਦਾ ਮੱਠੀ ਆਹ ਛੋਟਾ ਪਲਾ ਦਾਂਗੇ ਨਾ ਫਿਰ ਬਹੁਤਾ ਛੋਟਾ ਹੈ ਯਾਰ ਪਤਰੋ ਆਹ ਵਾਲਾ ਸਟicker ਚੂਜ਼ ਕੀਤਾ ਵਾ 2.5x2 ਦਾ ਸੋ ਵਾਈਟ ਕਲਰ 'ਚ ਕੱਢਾਂਗੇ ਆਪਾਂ ਸੋ ਇਹ ਫੁੱਲਾ ਬੀੜੀ ਲਾਉਣ ਡਿਆ ਵਾ ਕੰਮ ਕੋਈ ਹੋਰ ਆਏ ਤੇ ਕਰਾਉਣ ਕੋਈ ਹੋਰ ਹੀ ਲੱਗ ਗਏ ਆਏ ਸੀ ਆਪਾਂ ਹੈਂਡਲ ਸਹੀ ਕਰਾਉਣ ਤੇ ਇੱਧਰ ਸਟicker ਵਾਲਾ ਕੰਮ ਡੈ ਪਏ ਆ ਕਰਾਉਣ ਤੇ ਇੱਧਰ ਵੀਰ ਹੋਣਾ ਨੇ ਸਟicker ਕੱਢਤਾ ਵਾ ਜੀ ਆਹ ਚੈੱਕ ਕਰੋ
ਸੋ ਹੈਂਡਲ ਵਾਲਾ ਕੰਮ ਤੇ ਆਪਣਾ ਨਹੀਂ ਹੋਇਆ। ਇੱਕੋ ਸ਼ੋਪ ਖੁੱਲੀ ਤੇ ਉਹ ਵੀ ਰਹਿੰਦਾ, ਮੈਨੂੰ ਟਾਈਮ ਲੱਗ ਜਾਣਾ ਕੋਈ ਸਰਵਿਸ ਵਗੈਰਾ ਡੇ ਕਰਨ ਕਿਸੇ ਦੀ। ਸੋ ਮੈਂ ਚਲੋ ਸਟicker ਕਢਾ ਲੈਨੇ ਆਪਾਂ ਟੁੱਲੀ। ਸਾਡੇ ਲੱਗੂਗਾ ਜੀ ਇਹ ਵਾਲਾ ਸਟicker, ਥੋੜਾ ਨੁੱਕਰ ਜੀ ਦੇ ਕਰਕੇ ਲਾਈ। ਇੱਦਾਂ ਦੇ ਓਕੇ ਓਕੇ ਜਿਹਾ ਲੱਗਣ ਡਿਆ ਮੇਰਾ ਇਰਾਦਾ। ਆ ਅੱਖਾਂ ਰੈੱਡ ਕਰਾ ਕੇ ਵੇਖੀਏ ਫਿਰ ਵੇਖਦੇ ਹਾਂ ਭਲਾ ਕਿੱਦਾਂ ਦਾ ਲੱਗਦਾ। ਹੁਣ ਵੀਰ ਕੋ ਕਰਾਉਂਦੇ ਹਾਂ। ਕਾਫੀ ਭਰਾ ਨਾ ਮੱਠੀ ਦੀ ਆਈਡੀ ਪੁੱਛਦੇ ਇੰਸਟਾ ਦੀ, ਮੱਠੀ ਦੱਸ ਤੂੰ ਚਲਾਉਂਦਾ ਵਾ ਜਿਹੜੀ ਆਈਡੀਆਂ ਮੇਰੀਆਂ ਦਿਨ ਚਾਰ ਲੱਭਣੀ ਕੋਈ ਨਹੀਂ। ਹੁਣ ਤਾਂ ਮੱਠੀ ਕੋ ਫੋਨ ਹੀ ਆ ਨਹੀਂ ਤਾਂ ਮੈਂ ਮੱਠੀ ਦਾ ਫੋਨ ਉਖਾ ਦੇਣਾ ਹੈ। ਹੁਣ ਮੇਰਾ ਗਵਾਰੀਗਾ ਯਾਰ, ਮੱਠੀ ਨੂੰ ਹੈ ਨਹੀਂ ਆ ਇੰਟਰਸਟ, ਹੈ ਨਹੀਂ ਆਈਡੀ ਵੀਡੀਆਂ ਜੇ ਇਦਾਂ ਹੀ ਚੱਲਦਾ ਬਸ ਸਿੱਧਾ ਹੀ ਲੋਕਲੀਆਂ ਸਿੱਧੀ ਕਾਰਵਾਈ ਪਾਉਂਦਾ ਏ। ਉਹ ਜੀ ਅੱਖਾਂ ਕਢਾ ਲਿਆਂਦੀਆਂ, ਵੇਖਦੇ ਹਾਂ ਭਲਾ ਕਿੱਦਾਂ ਦੀਆਂ ਲੱਗਦੀਆਂ। ਲੈਟ ਜਗਾ ਤੀ ਉਹਨੇ, ਬੰਦ ਕਰੀ। ਇੱਦਾਂ ਦੀ ਲੱਗਣ ਡੀ ਜੀ ਅੱਖਾਂ ਨਾ, ਮੇਰੇ ਹਿਸਾਬ ਨਾਲ ਤਾਂ ਉੱਦਾਂ ਹੀ ਠੀਕ ਹੀ ਹੈ ਨਾ। ਲਾ ਦੇਈਏ ਵੀਰਾਂ ਦਾ, ਅੱਖਾਂ ਵੀ ਰਹਿਣ ਦੇ ਲਾਲ ਅਤੇ ਬੀੜੀ ਵੀ ਲਾਲ ਕਰ ਦਿੰਦੇ ਹਾਂ, ਫਿਰ ਓਕੇ ਲੱਗਣਾ ਜੀ। ਹੁਣ ਬੀੜੀ ਵੀ ਲਾਲ ਹੋਣ ਲੱਗੀ ਆ ਅਗਲੀ ਸਾਈਡ ਤੋਂ ਥੋੜ੍ਹੀ ਜੀ। ਹਾਂ ਹੁਣ ਬਣੀ ਗੱਲ, ਹੁਣ ਡਨ ਲੱਗਣ ਡਿਆ ਜੀ। ਆਹ ਚੈੱਕ ਕਰੋ ਡਨ। ਇੱਧਰ ਨੇ ਜੀ ਵੀਰ ਕੋ ਪੀ ਸੀ ਆਰ ਵਾਲੀਆਂ ਲਾਈਟਾਂ, ਆਹ ਹੈਗੀ ਆ ਡਬਲ ਅਤੇ ਆਹ ਸਿੰਗਲ ਵਾ। ਵਾਈਟ ਵੀ ਆ ਕੇ ਇਕੱਲੀ ਪੀ ਸੀ ਆਰ ਵਾਲੀ ਆ? ਇਹ ਲੱਗਣੀ ਕਿੱਥੇ ਆ? ਅਤੇ ਦੂਸਰੀ ਹੈ ਸੇਮ ਹੀ ਆ ਨਾ, ਇਹਦੇ 'ਚ ਬਸ ਚਾਰ ਵਾ। ਓਕੇ ਆ ਇਹਦਾ ਪ੍ਰਾਈਜ਼ ਹੈਗਾ ਵਾ 150, ਇਹਦਾ ਹੈਗਾ 200। ਲਾ ਲੂ ਕੇ ਕਿੰਨਾ? 250 ਜੀ। ਪਿਆਰਿਓ ਆਪਣਾ ਕੰਮ ਹੋ ਗਿਆ ਜੇ ਡਨ, ਸੌਣ ਚੱਲੀਏ ਅਤੇ ਤੁਹਾਨੂੰ ਟਾਇਰ ਕਾਲੇ ਕਰਕੇ ਦੱਸੀਏ, ਟਾਇਰ ਕਾਲੇ ਕਰਨ ਦਾ ਰਾਜ ਲੱਗਣ ਡਿਆ ਸਟicker ਉਹਦਾ। ਲਓ ਵੀ ਮਿੱਤਰੋ ਹੁਣ ਆ ਗਏ ਆ ਮੱਠੀ ਨੂੰ ਬੱਸੇ ਚੜਾਉਣ, ਮੱਠੀ ਨੇ ਟੈਸਟ ਕਰਾਉਣ ਜਾਣਾ ਸੀ ਆਪਣੇ। ਮੱਠੀ ਫਿਰ ਵੀ ਕੀ ਹੋਇਆ ਤੈਨੂੰ, ਕਾਹਦੇ ਟੈਸਟ? ਡਿਪਰੈਸ਼ਨ ਹੋਣ ਡਿਆ। ਡਿਪਰੈਸ਼ਨ ਨਹੀਂ, ਫਿਰ ਵੀ ਸੱਚੀ ਗੱਲ ਕੰਮ ਆ ਥੋੜ੍ਹਾ ਜਿਹਾ ਹੈ। ਹੁਣ ਮੱਠੀ ਲਈ ਬੱਸ ਡੀਕਣ ਡੇ ਆ, ਮੈਂ ਬੱਸ ਆਉਂਦੀ ਆ ਤੈਨੂੰ ਬੱਸੇ ਬਿਠਾ ਕੇ ਤੇ ਫਿਰ ਆਪਾਂ ਚੱਲੀਏ ਟਾਇਰ ਕਾਲੇ ਕਰੀਏ ਜਾ ਕੇ, ਅਤੇ ਨਾ ਜਿੱਥੇ ਲਿਆ ਕੇ ਮੋਟਰਸਾਈਕਲ ਖਿਲਾਰ ਦੇਈਦਾ ਨਾ। ਲੋਕ ਮੋਟਰਸਾਈਕਲ ਵੱਲ ਵੇਖੀ ਜਾਂਦੇ ਵੇਖੀ ਜਾਂਦੇ, ਨਜ਼ਰ ਲਾ ਦਿੰਦੇ ਮੋਟਰਸਾਈਕਲ ਨੂੰ। ਆਹ ਲੱਗੀ ਗੱਡੀ ਸਾਹਮਣੇ। ਇੱਧਰ ਮੱਠੀ ਹੋਣੀ ਆ ਨੂੰ ਲੱਗੇ ਨੇ ਖਵਾਉਣ ਕੁਲਫੀ, ਆਪਣੇ ਲਈ ਕੱਪ ਅਤੇ ਸਾਡੇ ਲਈ ਕੁਲਫੀ, ਵੇਖ ਲਓ ਇਹਦੇ ਕੰਮ। ਉਹ ਜੀ ਇੱਧਰ ਆ ਗਈ ਹੈ ਕੁਲਫੀ। ਸੋ ਫੁੱਲੇ ਨੂੰ ਤਾਂ ਨਹੀਂ ਲੈ ਕੇ ਦਿੱਤੀ, ਇਹਦੀ ਨਾ ਦਾੜ ਲੱਗੀ ਹੈ, ਦਾੜ 'ਚ ਪੀਰ ਹੋਣ ਡੈ ਪੈਂਦੀ ਆ। ਇੱਧਰ ਮੱਠੀ ਦੀ ਬੱਸ ਵੀ ਆ ਗਈ ਹੈ। ਮੱਠੀ ਬਾਏ ਬਾਏ। ਓ ਫੀਲਿੰਗ ਤਾਂ ਆਈਲੈਂਡ ਹੈ ਜਿੱਦਾਂ ਜਹਾਜ਼ੇ ਚੜ੍ਹਨ ਡਿਆ। ਲਓ ਜੀ ਹੁਣ ਯਾਰ ਹੁਣੀ ਵੀ ਤੁਰ ਪਏ ਨੇ ਪਿੰਡ ਨੂੰ, ਹੁਣ ਮਿੰਟੋ ਮਿੰਟ ਪਿੰਡ ਪਹੁੰਚੀਏ ਅਤੇ ਆਪਣਾ ਕੰਮ ਕੰਟੀਨਿਊ ਕਰੀਏ। ਲਓ ਜੀ ਮਿੱਤਰੋ ਯਾਰ ਹੁਣੀ ਪਹੁੰਚ ਗਏ ਨੇ ਜੀ ਪਿੰਡ ਜੀ। ਇੱਧਰ ਆ ਗਏ ਮਾਨਕੋ ਹਾਰ ਪੀਕ ਲੈਣ, ਅਤੇ ਮਾਨਕ ਹੁਣੀ ਡੁਪਲੀਕੇਟ ਮਾਲ ਦੇ ਕੇ ਅਤੇ ਓਰੀਜਨਲ ਦੇ ਪੈਸੇ ਲਾਈ ਜਾਂਦੇ ਆ। ਬਿਲਕੁਲ ਸਹੀ ਬਾਊ, ਨਹੀਂ ਇਹ ਓਰੀਜਨਲ ਨਾਲ ਵਧੀਆ ਵਾ, ਵਧੀਆ ਯੂਜ਼ ਕਰ ਫਿਰ ਵੇਖੀ। ਚੱਲ ਠੀਕ ਆ, ਚੱਲ ਫੁੱਲੇ ਜਾ ਕੇ ਲੈਟਰਿੰਗ ਸਾਫ਼ ਕਰੀਏ। A few minutes later. ਲੈ ਤੂੰ ਪਹਿਲਾਂ ਹੀ ਡੈ ਪਿਆ ਵਾ। ਲਓ ਵੀ ਬਾਬੇ ਉਹ ਆ ਗਏ ਆ ਜੀ ਆਪਣੀ ਲੋਕੇਸ਼ਨ ਤੇ। ਸੋ ਹੁਣ ਗੱਲ ਕਰਦੇ ਆ ਜੀ ਟਾਇਰ ਕਾਲੇ ਕਰਨ ਦਾ ਰਾਹ। ਸੋ ਉਹ ਹੈਗਾ ਜੀ ਇੱਧਰ, ਪਹਿਲਾਂ ਮੈਂ ਵੀ ਹੱਸ ਪਿਆਣੇ ਵੀ ਹਾਰ ਪੀ ਕੇ ਵੇਖ ਕੇ ਵੀ ਇਹਦੇ ਨਾਲ ਟਾਇਰ ਕਾਲੇ ਕਿੱਦਾਂ ਹੋਣਗੇ। ਸੋ ਯਾਰ ਮੈਂ ਨਾ ਇਹ ਨਾ ਜਿਹੜੀ ਆਪਣੀ ਹੈਗੀ ਆ ਨਾ ਟਾਇਰ ਫੋਮ, ਉਹਦੇ ਨੂੰ ਵੀ ਘੈਂਟ ਚੀਜ਼ ਆ। ਸੋ ਇਹ ਵਰਤਣ ਲਈ ਤੁਹਾਨੂੰ ਇੱਕ ਚੀਜ਼ ਦਾ ਖਿਆਲ ਰੱਖਣਾ ਪੈਣਾ ਵੀ ਆਪਣੇ ਘਰਦਿਆਂ ਦੇ ਬਾਥਰੂਮ ਦੇ ਵਿੱਚ ਉਹਨਾਂ ਮੁਕਾ ਦਿਓ, ਮੇਰੇ ਭਰਾ ਨਵੀਂ ਲਿਆਇਓ। ਸੋ ਤੁਹਾਨੂੰ ਨਾ ਪਹਿਲਾਂ ਮੈਂ ਦੋ ਫੋਟੋਆਂ ਸ਼ੇਅਰ ਕਰਦਿਆਂ, ਤੁਸੀਂ ਫਰਕ ਵੇਖ ਲਿਓ। ਸੋ ਆਹ ਚੈੱਕ ਕਰੋ ਵੀ ਇੱਧਰ ਵਾਲੇ ਟਾਇਰ 'ਚ ਅਤੇ ਆਹ ਵਾਲੇ ਟਾਇਰ 'ਚ ਕਿੰਨਾ ਫਰਕ ਵਾ। ਦੋਵਾਂ ਟਾਇਰਾਂ 'ਚ ਇੱਕ ਹੈਗਾ ਵਾ ਵੀ ਨੋਰਮਲੀ ਬਲੈਕ, ਅਤੇ ਇੱਕ ਹੈਗਾ ਜਿਹੜਾ ਆਪਾਂ ਨੇ ਹਾਰਪਿਕ ਦੇ ਨਾਲ ਸਾਫ਼ ਕੀਤਾ ਆ। ਸੋ ਦੋਵਾਂ 'ਚ ਕਿੰਨਾ ਫਰਕ ਵਾ, ਮਤਲਬ ਕਿ ਆਹ ਵਾਲਾ ਟਾਇਰ ਕਿੰਨਾ ਵਧੀਆ ਲੱਗਦਾ ਪਿਆ, ਇੱਕ ਅਤੇ ਇੱਕ ਕਿੱਦਾਂ ਦਾ ਲੱਗਦਾ ਪਿਆ। ਸੋ ਇਹਦੇ ਨਾਲ ਨਾ ਟਾਇਰ ਕਾਲੇ ਕਰਨ ਨਾਲ ਮੋਟਰਸਾਈਕਲ ਦੀ ਲੁੱਕ ਵੀ ਵਧੀਆ ਹੋ ਜਾਂਦੀ ਹੈ। ਸੋ ਹੁਣ ਤੁਹਾਨੂੰ ਲਾਈਵ ਪਰੂਫ ਦਿਖਾਵਾਂਗੇ ਜੀ ਇਹਦੇ ਨਾਲ ਟਾਇਰ ਕਾਲੇ ਕਰਕੇ।
ਸੋ ਐਂ ਜਮਾਂ ਚਮਕ ਜਾਣਗੇ। ਸੋ ਪਹਿਲੇ ਟਾਇਰਾਂ ਦੀ ਹਾਲਤ ਵੇਖ ਲਓ ਕਿੱਦਾਂ ਦੀ ਲੱਗਣ ਡੀ ਆ। ਸੋ ਹੁਣ ਇਹਦੇ ਨਾਲ ਤੁਹਾਨੂੰ ਟਾਇਰ ਕਾਲੇ ਕਰਕੇ ਦਿਖਾਉਂਦੇ ਹਾਂ। ਸੋ ਸਿੰਪਲੀ ਅਸੀਂ ਇਹਨੂੰ ਇਹਦੇ ਉੱਤੇ ਪਾ ਲੈਣਾ ਮਾੜਾ ਜਿਹਾ, ਅੱਗੇ ਉਹ ਜੇ ਪਾਉਣਾ ਸੀ ਬਸ ਇੱਥੇ ਕੁ। ਚੱਲ ਹੁਣ ਪਾ ਲਾ। ਸੋ ਹੁਣ ਚੈੱਕ ਕਰਿਓ ਲਾਈਵ ਪਰੂਫ ਕਿੱਦਾਂ ਟਾਇਰ ਨਿਕਲਦੇ ਆ ਕਾਲੇ। ਛੇਤੀ ਚਿੱਟੇ ਜਿਹੇ ਨੀ ਹੁੰਦੇ, ਆਪਾਂ ਟਾਇਰ ਫੋਮ ਮਾਰਦੇ ਆ ਨਾ ਘੱਟਾ ਵਗੈਰਾ ਲਾਦੇ ਜੋ ਚਿੱਟੇ ਹੋ ਜਾਂਦੇ, ਬਟ ਇਹ ਨੀ ਚਿੱਟੇ ਹੁੰਦੇ। ਆਹ ਚੈੱਕ ਕਰੀ ਜਾਇਓ ਹੁਣ ਤੁਸੀਂ, ਜਿੱਥੇ ਜਿੱਥੇ ਵੱਜੀ ਜਾਣੀ ਬੋਲੇ ਇੱਧਰ ਲਿਆ ਗਾੜੀ। ਇਹ ਸੁੱਕ ਕੇ ਵੀ ਇੱਦਾਂ ਦੇ ਰਹਿਣਗੇ ਚਮਕਦੇ ਜਿੱਥੇ ਜਿੱਥੇ ਵੱਜੀ ਗਈ, ਬਸ ਉਸ ਉਸ ਕਾਲੇ ਹੋਈ ਜਾਣੇ। ਐਂ ਜਮਾਂ ਜਿੱਦਾਂ ਨਵੇਂ ਟਾਇਰ ਨਹੀਂ ਹੁੰਦੇ, ਸੋ ਉਵੇਂ ਦੇ ਉੱਦਾਂ ਰਹਿੰਦੇ ਆ। ਨਵੇਂ ਟਾਇਰਾਂ ਦੀ ਲੁੱਕ ਲੱਗੂਗੀ ਤੁਹਾਨੂੰ ਇੱਧਰਲੀ ਸਾਈਡ ਹੀ ਮਾਰ ਕੇ ਦਿਖਾਉਣਾ। ਸੋ ਆਹ ਚੈੱਕ ਕਰਿਓ ਇੱਥੋਂ, ਆਹ ਦੇਖ ਲਓ ਕਿੱਦਾਂ ਦੀ ਸ਼ੇਪ ਆ ਨਾ, ਮੁੜ ਘੱਟਾ ਜਿਹਾ ਲੱਗਾ। ਹੁਣ ਚੈੱਕ ਕਰਿਓ ਤੁਸੀਂ, ਆਹ ਹੈਗਾ ਨੋਰਮਲ ਟਾਇਰ ਤੇ ਆਹ ਇੱਧਰ ਦੂਸਰਾ। ਸੋ ਫਰਕ ਵੇਖ ਲਓ ਦੋਵਾਂ 'ਚ ਕਿੰਨਾ ਵਾ, ਇੱਧਰ ਪਾਸਾ ਨੋਰਮਲ ਵਾ ਤੇ ਇੱਧਰ ਦੂਸਰਾ। ਸੋ ਹੁਣ ਆਪਾਂ ਇਹਨੂੰ ਪੂਰੇ ਨੂੰ ਕਾਲਾ ਕਰਦੇ ਹਾਂ ਤੇ ਫਿਰ ਤੁਹਾਨੂੰ ਫਾਈਨਲ ਰਿਜ਼ਲਟ ਦਿਖਾਉਂਦੇ ਹਾਂ। ਤੇ ਫਿਰ ਚੈੱਕ ਕਰਿਓ ਵੀ ਐਂ ਟਾਇਰ ਵੀ ਨਵੇਂ ਲੱਗਦੇ ਤੇ ਨਾਲ ਦੀ ਨਾਲ ਮੋਟਰਸਾਈਕਲ ਵੀ ਪੂਰਾ ਨਵਾਂ ਲੱਗੂਗਾ। ਸੋ ਨਿਹਰੋ ਆਪਾਂ ਮਿੰਟੋ ਮਿੰਟ ਕਰਦੇ ਹਾਂ ਜੀ ਕਾਲੇ। ਚੱਲ ਫੁੱਲੇ ਹੋ ਰਿਹਾ ਸਟਾਰਟ। ਪਹਿਲਾਂ ਮੈਂ ਹੱਸਦਾ ਵੀ ਮੈਂ ਹਾਰ ਪੀਕਣਾ ਯਾਰ ਟਾਇਰ ਸਾਫ ਕਰਨੇ ਆ, ਬਟ ਯਾਰ ਮੈਂ ਨਾ ਐਂ ਟਾਇਰ ਫੋਮ ਨੂੰ ਵੀ ਵਧੀਆ ਰਹਿੰਦੇ ਆ ਟਾਇਰ, ਬਿਲਕੁਲ ਪਿਓਰ ਜਿੱਦਾਂ ਨਵੇਂ ਨਹੀਂ ਹੁੰਦੇ। ਸੋ ਆਹ ਵੇਖ ਲਓ ਜਿੱਥੋਂ ਸਾਫ ਹੋਇਆ ਵਾ ਉੱਥੋਂ ਟਾਇਰ ਵੇਖ ਲਓ ਅਤੇ ਇੱਥੋਂ ਵੇਖ ਲਓ ਆ ਕਿੰਨਾ ਫਰਕ ਵਾ, ਇਹਦੇ ਨਾਲ ਪਿਓਰ ਕਾਲੇ ਹੋ ਗਏ। ਲਾਲ ਵਾਲਾ ਬਾਥਰੂਮ ਕੇ ਲੀਏ ਔਰ ਨੀਲੇ ਵਾਲਾ ਟਾਇਲਟ ਕੇ ਲੀਏ। ਹੁਣ ਵਾਰੀ ਆ ਗਈ ਹੈ ਜੀ ਮੰਗਲੇ ਟਾਇਰ ਦੀ, ਸਾਈਡਾਂ ਦੀ ਜ਼ਿਆਦਾ ਲੋੜ ਪੈਂਦੀ ਆ, ਥੱਲੇ ਉਹਦੇ ਕੋਈ ਚੱਕਰ ਨਹੀਂ, ਥੱਲੇ ਫਿਰ ਮਿੱਟੀ ਲੱਗਣੀ ਹੈ ਨਾ, ਰਿੰਮਾਂ 'ਤੇ ਨਾ ਮਾਰ। ਹੁਣ ਆਹ ਫਰਕ ਚੈੱਕ ਕਰਿਓ ਇੱਥੋਂ, ਵੇਖ ਲਓ ਚਿੱਟਾ ਵਾ ਨਾ ਟਾਇਰ, ਥੋੜ੍ਹਾ ਕੁ ਮਾਰ ਕੇ ਦਿਖਾਈ, ਚੱਜ ਨਾ ਮਾਰ ਲਾ ਤੂਰੇ ਛੱਡ ਦੇ। ਆਹ ਵੇਖ ਲਾ ਕਿੰਨਾ ਫਰਕ ਪੈ ਜਾਂਦਾ ਹੈ, ਉਦਾਂ ਚਿੱਟੇ ਰਹਿੰਦੇ ਆ ਇਹਦੇ ਨਾਲ ਪਿਓਰ ਕਾਲੇ ਹੋ ਜਾਂਦੇ ਆ। ਸੋ ਹੁਣ ਟਾਇਰ ਥੋੜ੍ਹੇ ਸੁੱਕਦੇ ਆ, ਫਿਰ ਤੁਹਾਨੂੰ ਲੁੱਕ ਦਿਖਾਉਣਾ। ਇਹ ਨਹੀਂ ਆ ਵੀ ਗਿੱਲੇ ਰਹਿਣ ਨਾ ਹੀ ਕਾਲੇ ਰਹਿਣਗੇ, ਜਦੋਂ ਸੁੱਕ ਜੂਗਾ ਉਦੋਂ ਪੂਰੇ ਪ੍ਰੋਪਰ ਜਿੱਦਾਂ ਨਵੇਂ ਟਾਇਰ ਨਹੀਂ ਲਿਆਉਂਦੇ, ਸੋ ਉੱਦਾਂ ਦੇ ਟਾਇਰ ਹੋ ਜਾਂਦੇ ਆ। ਸੋ ਹੁਣ ਮੈਂ ਤੁਹਾਨੂੰ ਟਾਇਰ ਸੁੱਕ ਗਿਆ, ਸੋ ਸਾਰਾ ਥੋੜ੍ਹੀ ਜਿਹੀ ਤੁਹਾਨੂੰ ਮੈਂ ਲੁੱਕ ਦਿਖਾਉਂਦਾ ਟਾਇਰ ਦੀ। ਸੋ ਪਹਿਲੇ ਵਾਲੇ ਟਾਇਰ ਨੂੰ ਅਤੇ ਇਸ ਟਾਇਰ 'ਚ ਡਿਫਰੈਂਸ ਚੈੱਕ ਕਰਿਓ ਹੁਣ। ਸੋ ਇੱਧਰ ਚੈੱਕ ਕਰਿਓ, ਆਹ ਚੈੱਕ ਕਰੋ ਜੀ, ਐਂ ਜਮਾਂ ਕਾਲੇ ਹੋ ਗਏ ਆ, ਪਿਓਰ ਕਾਲੇ ਜਿਵੇਂ ਨਵੇਂ ਨਹੀਂ ਲਿਆਉਂਦੇ ਹੁੰਦੇ। ਸੋ ਆਹ ਸਾਈਡਾਂ ਚੈੱਕ ਕਰਿਓ, ਇਹ ਜਮਾਂ ਹੀ ਐਂਡ ਲੱਗਣ ਡਿਆ ਕੰਮ, ਪਿਓਰ ਕਾਲੇ ਹੋ ਗਏ ਜਿੱਦਾਂ ਨਵਾਂ ਮੋਟਰਸਾਈਕਲ ਹੁੰਦਾ। ਜਦੋਂ ਥੋੜ੍ਹੇ ਚਿੱਟੇ ਹੋ ਜਾਂਦੇ ਆ ਨਾ ਟਾਇਰ ਮਿੱਟੀ ਨਾਲ, ਉਦੋਂ ਨਾ ਬੁਰਾ ਜਿਹਾ ਲੱਗਦਾ ਮੋਟਰਸਾਈਕਲ ਜਿੱਦਾਂ ਪੁਰਾਣਾ ਜਿਹਾ ਨਹੀਂ ਹੁੰਦਾ ਹੈ ਨਾ। ਸੋ ਇਹਦੇ ਨਾਲ ਐਂ ਲੁੱਕ ਆਉਂਦੀ ਆ, ਘੈਂਟ ਵੀਡੀਓ ਵਗੈਰਾ 'ਚ ਵੀ ਐਂ ਵਧੀਆ ਆਉਂਦੀ ਆ। ਸੋ ਇਹਨੂੰ ਆਪਾਂ ਨਾ ਇਹਦੇ ਨਾਲ ਆਪਾਂ 4 ਤੋਂ 5 ਵਾਰੀ ਕਰ ਸਕਦੇ ਹਾਂ ਸਾਫ, 50 ਰੁਪਈਆਂ ਦਾ ਹੁੰਦਾ ਵਾ ਸਾਰਾ, ਐਂ ਓਕੇ ਲੱਗਦਾ ਪੂਰਾ ਹੀ। ਆਹ ਚੈੱਕ ਕਰ ਲਓ ਟਾਇਰ ਜਮਾਂ ਕਾਲੇ ਹੋ ਗਏ ਆ। ਸੋ ਜ਼ਿਆਦਾ ਆਹ ਚੀਜ਼ਾਂ ਦਾ ਹੁੰਦਾ ਇੱਥੇ, ਚਲੋ ਮਿੱਟੀ ਵਗੈਰਾ ਲੱਗ ਜਾਂਦੀ ਆ ਬਟ ਓਕੇ ਰਹਿੰਦੇ ਆ ਫਿਰ ਵੀ। ਅਤੇ ਆਹ ਮੰਗਲਾ ਟਾਇਰ ਦੀ ਲੁੱਕ ਚੈੱਕ ਕਰੋ, ਜਮਾਂ ਕਾਲੇ ਹੋ ਗਏ ਆ ਪਿਓਰ। ਯਾਰ ਮੈਨੂੰ ਤਾਂ ਨਾ ਮਤਲਬ ਇਹ ਵਾਲਾ ਜਿਹੜਾ ਤਰੀਕਾ ਵਾ ਨਾ ਟਾਇਰ ਫੋਮ ਨੂੰ ਵਧੀਆ ਲੱਗਾ, 5 ਤੋਂ 7 ਵਾਰੀਆਂ ਨਾ ਅਸੀਂ ਟਾਇਰ ਇਹਦੇ ਨਾਲ ਸਾਫ਼ ਕਰ ਸਕਦੇ ਹਾਂ ਅਤੇ ਟਾਇਰ ਜਮਾਂ ਕਾਲੇ ਰਹਿੰਦੇ ਆ। ਅਤੇ ਬਾਕੀ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਨੂੰ ਟਾਇਰ ਕਿੰਨੇ ਕੁ ਜ਼ਿਆਦਾ ਕਾਲੇ ਲੱਗੇ ਆ। ਐਂਡ ਬਾਕੀ ਆਪਣੇ ਘਰਦਿਆਂ ਦੇ ਬਾਥਰੂਮ 'ਚ ਜਾ ਕੇ ਨਾ ਹਾਰ ਪਿਕਣਾ ਮੁਕਾ ਦਿਓ, ਮੇਰੇ ਭਰਾ ਨਵਾਂ ਲਾਇਓ, 50 ਰੁਪਈਏ ਦਾ ਹੁੰਦਾ ਵਾ ਅਤੇ ਟਾਇਰ ਜਮਾਂ ਕਾਲੇ ਰਹਿਣਗੇ। ਸੋ ਆਹ ਚੈੱਕ ਕਰ ਲਓ, ਉਹ ਵੀ ਚੈੱਕ ਕਰ ਲਓ, ਤੁਹਾਨੂੰ ਅੱਗੇ ਲੁੱਕ ਚੈੱਕ ਕਰਾਉਣਾ ਕਰੇ ਫਿਰ। ਪਿਓਰ ਕਾਲੇ ਅਤੇ ਸਾਰੇ ਜਣੇ ਵੀਡੀਓ ਨੂੰ ਲਾਈਕ ਕਰ ਦਿਓ, ਬਾਕੀ ਜਲਦੀ ਹਾਰਨ ਵਾਲਾ ਵਲੋਗ ਵੀ ਆ ਜੂਗਾ। ਸੋ ਮਿਲਦੇ ਹਾਂ ਜੀ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ, ਟਿਲ ਦੈਨ ਟੇਕ ਕੇਅਰ, ਰੱਬ ਰੱਖਾ ਜੀ।